हाँ जी भी दोस्तों स्वागत है तुहाडा अपने चैनल ट्रैक्टर बाजार दे उत्ते। अज दी इह वीडियो असी कवाड़ मार्केट दे विच मलोट मंडी विखे शूट कर रहे हैंगे। तां जिहड़े वीर अपने इस चैनल ते यूट्यूब चैनल ते जिहड़े वीर देख रहे ने ओह अपने चैनल नूं सबसक्राइब कर लिओ अते जिहड़े वीर अपनी इह वीडियो फेसबुक पेज ते देख रहे ने ओह अपने पेज नूं फेसबुक पेज नूं फॉलो जरूर कर लिओ जी। ਤਾਂ ਅੱਜ ਦੀ ਇਹ ਮੰਡੀ ਮਲੋਟ ਵਿਖੇ ਕੁਆੜ ਮੰਡੀ ਜੋ ਕੁਆੜ ਮਾਰਕੀਟ ਉਹ ਅਸੀਂ ਸ਼ੂਟ ਕਰ ਰਹੇ ਹਾਂਗੇ। ਤਾਂ ਵੀਡੀਓ ਦੇ ਨਾਲ ਜੁੜੇ ਰਹੋ, ਵੀਡੀਓ ਨੂੰ ਕੰਪਲੀਟ ਦੇਖ ਲਿਓ ਜੀ। ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਵੀਡੀਓ ਸੰਬੰਧੀ ਸੁਝਾਅ ਜ਼ਰੂਰ ਦਿਓ। ਤਾਂ HMT 65 ਵਾਈ ਟਰੈਕਟਰ ਖੜਾ ਹੈਗਾ ਜੀ, ਆਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਲੋਟ ਕੁਆੜ ਮਾਰਕੀਟ ਦੇ ਵਿੱਚ। ਕਿੰਨੇ ਮਾਡਲ ਟਰੈਕਟਰ ਹੈ ਜੀ ਇਹ? 12 ਮਾਡਲ ਜੀ। 2012 ਮਾਡਲ ਟਰੈਕਟਰ ਹੈ ਜੀ ਇਹ। ਕੀ ਡਿਮਾਂਡ ਹੈ ਇਹਦੀ? ਇਹਦੀ ਡਿਮਾਂਡ ਹੈਗੀ ਜੀ 2-10। 2,10,000 ਰੁਪਇਆ ਡਿਮਾਂਡ ਹੈ ਜੀ। ਤਾਂ ਬਾਕੀ ਜੁੜੇ ਰਹੋ ਤੁਸੀਂ, ਆਹ ਸਾਰਾ ਕੁਛ ਅਸੀਂ ਜੋ ਮਗਰਿਆੜ ਰਿੰਮਾਂ ਵਗੈਰਾ ਸਾਰਾ ਕੁਛ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ। ਤਾਂ ਆਹ ਰਿੰਮ ਕਿਹੜੇ ਟਰੈਕਟਰ ਦੇ? ਅਰਜਨ ਦੇ ਨੇ ਜੀ। ਹਾਂਜੀ ਹਾਂਜੀ, ਅਰਜਨ ਦੇ। ਅੱਛਾ ਜੀ, ਤਾਂ ਤੁਸੀਂ ਸਾਰਾ ਕੁਛ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਜੀ। ਇੱਥੋਂ ਮਾਰਕੀਟ ਦੇ ਵਿੱਚ ਸਾਰਾ ਕੁਛ ਤੁਹਾਨੂੰ ਅਵੇਲੇਬਲ ਹੋਊਗਾ, ਮਗਰਿਆੜ ਰਿੰਮ ਵਗੈਰਾ ਸਾਰਾ ਕੁਛ। ਹਾਂਜੀ, ਸੋਨਾ ਲਿਖਿਆ ਦੱਸਿਆ ਜੀ। ਠੀਕ ਹੈ। ਪਾਵਰ ਸਟੀਰਿੰਗ ਵਾਲਾ ਨਵੇਂ ਮਾਡਲ ਦਾ, ਇਹ ਹੈਗਾ ਜੀ ਪੁਰਾਣੇ ਮਾਡਲ, ਪਹਿਲੇ ਮਾਡਲ ਦਾ। ਠੀਕ ਹੈ ਜੀ। ਠੀਕ ਹੈ ਜੀ, ਇਹ ਫਾਰਮ ਸੈਲ ਦਾ ਹਿੱਸਾ, ਪਹਿਲੇ ਮਾਡਲ ਦਾ। ਹੁਣ ਨਵੇਂ ਮਾਡਲ ਦੇ ਹਿੱਸੇ ਆ ਰਹੇ ਜੀ, ਇਹ ਛੋਟੇ ਸਪਿੰਡਲ ਵਾਲੇ LT ਮਾਡਲ ਦੇ ਪਾਵਰ ਸਟੀਰਿੰਗ ਵਾਲਾ ਹਿੱਸਾ, ਇਹ ਹੁਣ ਨਵੇਂ ਮਾਡਲ 'ਚ ਆ ਰਹੇ ਜੀ। ਠੀਕ ਹੈ। ਇਹ ਹਿੱਸਾ ਰਹਿੰਦੇ ਨੇ ਜੀ, ਪੁਰਾਣੇ ਮਾਡਲ ਦੇ ਵੀ ਮਿਲ ਜਾਣਗੇ, ਨਵੇਂ ਮਾਡਲ ਜਿਹੜੇ ਮਰਜ਼ੀ ਮਾਡਲ ਲੈ ਲੈਣ। ਹਾਂਜੀ। ਤਾਂ ਜਿਵੇਂ ਕਿ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ, ਇਹ ਆਇਸ਼ਰ ਟਰੈਕਟਰ ਦੇ ਇੰਜਨ ਨੇ ਹੈਗੇ, ਇੰਜਨ ਨੇ ਜੀ ਇਹ। ਨਵੇਂ ਮਾਡਲ ਦੇ ਵੀ ਮਿਲ ਜਾਣਗੇ ਤੁਹਾਨੂੰ ਇੰਜਨ ਇੱਥੋਂ, ਅਤੇ ਪੁਰਾਣੇ ਮਾਡਲ ਦੇ ਵੀ ਇੰਜਨ ਇੱਥੋਂ ਤੁਹਾਨੂੰ ਮਿਲ ਜਾਣਗੇ। ਸਾਰਾ ਕੁਛ ਇੱਥੇ ਕੁਆੜ ਮਾਰਕੀਟ ਦੇ ਵਿੱਚ ਪਿਆ ਹੈਗਾ, ਤੁਸੀਂ ਦੇਖ ਰਹੇ ਹੋ ਮੋਟਰਾਂ ਵਗੈਰਾ। ਇਸੇ ਚੁੱਲ੍ਹੇ ਵਗੈਰਾ ਜੋ ਵੀ ਹੈ ਸਿਸਟਮ ਤੁਸੀਂ ਦੇਖ ਰਹੇ ਹੋਗੇ, ਸਟੇਅਰਿੰਗ ਵਗੈਰਾ ਸਾਰਾ ਕੁਛ। ਤਾਂ ਰੇਟ ਵਗੈਰਾ ਤੁਸੀਂ ਇੱਥੇ ਆ ਕੇ ਪਤਾ ਕਰ ਸਕਦੇ ਹੋਗੇ ਜੀ। ਸਟੇਅਰਿੰਗ ਵਗੈਰਾ ਸਾਰਾ ਕੁਛ ਅਵੇਲੇਬਲ ਹੈ ਇੱਥੇ, ਇੰਜਨ ਆਹ। ਹਾਂਜੀ, ਆਹ ਕਿਹੜੇ ਟਰੈਕਟਰ ਦੇ ਇੰਜਨ ਹੈ ਜੀ? ਇਹ ਜੀ ਇਹ ਜੀਪ ਵਾਲਾ DI ਦਾ। ਅੱਛਾ ਜੀ। ਠੀਕ ਹੈ ਜੀ। ਇਹ ਜੀਟਰ ਦਾ। ਅੱਛਾ ਜੀ। ਇਹ ਹੈਗਾ ਜੀ DI 575। ਠੀਕ ਹੈ ਜੀ। ਇਹ 40 BHP ਦਾ ਇੰਜਨ ਹੈ। ਹਾਂਜੀ। ਉਹ 50 BHP ਦਾ ਇੰਜਨ ਹੈ। ਅੱਛਾ। ਉਹ ਸੋਨਾਲਿਕਾ ਦੇ ਜੀ। ਅੱਛਾ ਜੀ। 3 ਸਿਲੰਡਰ, ਉਹ 65 BHP ਦਾ 4 ਸਿਲੰਡਰ ਜੀ। ਠੀਕ ਹੈ ਜੀ। ਆ ਜਾਓ, ਹੋਰ ਤੁਹਾਨੂੰ ਸਾਹ ਦੇ। ਇਹ ਹੋਲੈਂਡ ਦੇ ਬੇਟ ਹੈ ਜੀ, ਅੱਗੇ ਟੰਗਣੇ ਵਾਲੇ। ਠੀਕ ਹੈ ਜੀ। ਇਹ ਸੋਨਾਲਿਕਾ ਦੇ ਆ ਪਿਛਲੇ। ਅੱਛਾ। ਇਹ ਹੋਲੈਂਡ ਦੇ ਪਿਛਲੇ ਬੇਟ ਹੈ ਜੀ, 55 ਕਿਲੋ ਵਾਲੇ। ਇਹ ਫਾਰਮ ਸਾਡ ਦੇ ਆ ਜੀ, 45 ਕਿਲੋ ਵਾਲੇ। ਇਹ ਸਵਰਾਜ ਦੇ ਜੀ, ਇਹ ਵੀ 45 ਕਿਲੋ ਵਾਲੇ ਆ। ਕਿੱਥੋਂ ਤੱਕ ਪੈ ਜਾਣਗੇ ਰੇਟ ਜੀ? ਹਾਂ, ਉਹ ਰੇਟ ਦਾ ਯਾਰ। ਇਹ ਜੋਂਡੀਅਰ ਦੇ ਬੇਟ ਹੈ ਜੀ ਪਿਛਲੇ, 40 ਕਿਲੋ ਵਾਲੇ। ਇਹ ਹੋਲੈਂਡ ਦੇ 70 ਕਿਲੋ ਵਾਲੇ ਜੀ। ਅੱਛਾ। ਠੀਕ ਹੈ ਜੀ। ਤਾਂ ਦੋਸਤੋ ਆਹ ਸਾਰੇ ਟਰੈਕਟਰਾਂ ਦੇ ਅੱਡੋ ਅੱਡੀ ਵੇਟ ਪਏ ਨੇਗੇ, ਜੇ ਕਿਸੇ ਵੀਰ ਨੇ ਖਰੀਦਣੇ ਹੋਣ ਮਲੋਟ, ਅਸੀਂ ਇਹਨਾਂ ਵੀਰਾਂ ਦਾ ਤੁਹਾਨੂੰ ਐਡਰੈਸ ਪ੍ਰੋਪਰ ਵੀਡੀਓ ਦੇ ਵਿੱਚ ਦੱਸਾਂਗੇ, ਤੁਸੀਂ ਵੀਡੀਓ ਦੇ ਵਿੱਚ ਜੁੜੇ ਰਹੋ। ਤਾਂ ਇਹ ਕਿਹੜੇ ਟਰੈਕਟਰ ਦਾ ਇੰਜਨ ਹੈ ਜੀ? ਆਹ ਇਹ DI ਦਾ ਜੀ, 575 ਦਾ। DI 575 ਦਾ ਇੰਜਨ ਹੈ ਜੀ ਇਹ। ਅੱਗੇ ਇੱਥੇ ਕਾਫੀ ਟਰੈਕਟਰਾਂ ਦੇ ਇੱਥੇ ਇੰਜਨ ਪਏ ਨੇਗੇ ਜੀ। ਅੱਛਾ ਜੀ। ਠੀਕ ਹੈ, ਸਾਰਾ ਕੁਛ ਇੱਥੋਂ ਤੁਹਾਨੂੰ ਮਿਲ ਜਾਣਾ ਹੈਗਾ ਜੀ। ਆ ਲਿੰਕ ਉਹ ਪਈਆਂ ਜੀ, ਲਿੰਕਾਂ, ਖਿੱਚਾ, ਸਟੈਪਲਾਈਜ਼ਰ ਸਾਰੇ ਟਰੈਕਟਰ ਦੇ ਮਿਲ ਜਾਣਗੇ ਤੁਹਾਨੂੰ ਅੱਡੋ ਅੱਡੀ। ਠੀਕ ਹੈ ਜੀ। ਹਾਂਜੀ, ਸਿਲੰਸਰ ਵੀ। ਹਾਂਜੀ ਹਾਂਜੀ ਹਾਂਜੀ, ਇੱਥੋਂ ਮਿਲ ਜੂਗਾ ਜੀ। ਤਾਂ ਇਹਨਾਂ ਦਾ ਅਸੀਂ ਤੁਹਾਨੂੰ ਕੰਟੈਕਟ ਆ ਹੋਰ ਪਿੱਛੇ ਕੁਛ ਵੀਡੀਓ ਦੇ ਵਿੱਚ ਅਸੀਂ ਪ੍ਰੋਵਾਈਡ ਕਰਾਵਾਂਗੇ, ਵੀਡੀਓ ਦੇ ਨਾਲ ਸਾਡੇ ਨਾਲ ਜੁੜੇ ਰਹੋ ਜੀ। ਅਤੇ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਸੰਬੰਧੀ ਸੁਝਾਅ ਦਿਓ ਜੀ, ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਇਹ ਗਰਾਰੇ ਜੀ ਜਿਹੜੇ ਮਰਜ਼ੀ ਟਰੈਕਟਰ ਦੇ ਲੈ ਲਓ ਜੀ। ਠੀਕ ਹੈ ਜੀ। ਤਾਂ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ, ਹਰੇਕ ਟਰੈਕਟਰ ਦੇ ਜੋ ਵੀ ਗਰਾਰੀਆਂ ਮਸ਼ੀਨਰੀ ਦਾ ਸਾਰਾ ਕੁਛ ਇੱਥੋਂ ਤੁਹਾਨੂੰ ਮਿਲ ਜੂ, ਐਕਸਲ ਵਗੈਰਾ। ਤਾਂ ਇਹ ਮੰਡੀ ਜੀ ਮਲੋਟ ਵਿਖੇ ਹੈਗੀ, ਕੁਆੜ ਮੰਡੀ, ਕੁਆੜ ਮਾਰਕੀਟ ਕਹਿ ਦਿੰਦੇ ਹਾਂ। ਤਾਂ ਉੱਥੇ ਇਹ ਮੰਡੀ ਹੈਗੀ, ਸਾਰਾ ਕੁਛ ਇੱਥੇ ਤੁਹਾਨੂੰ ਅਵੇਲੇਬਲ ਮਿਲ ਜਾਣਾ ਹੈਗਾ। ਤਾਂ ਵੀਡੀਓ ਦੇ ਅਸੀਂ ਐਂਡ 'ਤੇ ਇਹਨਾਂ ਵੀਰਾਂ ਦਾ ਕੰਟੈਕਟ ਅਸੀਂ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ। ਤਾਂ ਅੱਗੇ ਅਸੀਂ ਤੁਹਾਨੂੰ ਇੱਧਰ ਦਿਖਾ ਦਿੰਦੇ ਹੈਗੇ।
ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਹਿੱਸੇ ਪਏ ਨੇ ਟਰੈਕਟਰਾਂ ਦੇ, ਕਾਫੀ ਟਰੈਕਟਰਾਂ ਦੇ। ਆਹ ਸੋਨਾਲੀਕਾ ਟਰੈਕਟਰ ਦਾ ਹੈਗਾ ਪਾਵਰ ਵਾਲਾ ਹਿੱਸਾ। ਤਾਂ ਆਹ ਜੌਂਡੀਅਰ ਟਰੈਕਟਰ ਦੀਆਂ ਢੋਲਕੀਆਂ ਪਈਆਂ ਨੇ ਜੀ ਇੱਥੇ। ਆਹ ਜਾਲੀਆਂ ਵਗੈਰਾ, ਪੈਰਦਾਨ ਵਗੈਰਾ ਸਾਰਾ ਕੁਛ ਅਵੇਲੇਬਲ ਹੈ ਇੱਥੇ ਮਗਰਿਆਲ ਟਰੈਕਟਰਾਂ ਦੇ। ਆਹ ਤੁਸੀਂ ਦੇਖ ਸਕਦੇ ਹੋ A to Z। ਤਾਂ ਮਗਰਿਆਲ ਅੱਛਾ, ਆਹ ਛੋਟੇ ਮੈਸੀ ਦੇ ਮਗਰਿਆਲ ਨੇਗੇ ਜੀ ਜੋ ਅੱਧੇ ਜਿਹੇ ਹੁੰਦੇ ਨੇ। ਆਹ ਜੌਂਡੀਅਰ ਟਰੈਕਟਰ ਦੀ ਸ਼ੋਅ ਪਈ ਹੈ ਜੀ। ਆਹ ਆਈਸ਼ਰ ਟਰੈਕਟਰ ਦੇ ਮਗਰਿਆਲ ਵਗੈਰਾ, ਆਹ ਸਵਰਾਜ ਸੋਨਾਲੀਕਾ ਦੇ ਆਹ ਮਗਰਿਆਲ, ਜੌਂਡੀਅਰ ਟਰੈਕਟਰ ਦੇ, ਹੋਲੈਂਡ ਫਾਰਮ ਟਰੈਕ ਸਾਰੇ ਇਹਨਾਂ ਕੋਲ ਅਵੇਲੇਬਲ ਨੇ ਮਗਰਿਆਲ ਵਗੈਰਾ ਸ਼ੋਆਂ ਟੈਂਕੀ ਵਾਲੀਆਂ। ਆਹ ਚਾਈਨੀਜ਼ ਟਾਇਰ ਨੇਗੇ ਜੀ ਇਹਨਾਂ ਕੋਲ ਅਵੇਲੇਬਲ, ਬਹੁਤ ਸਸਤੇ ਮਿਲਣਗੇ ਤੁਹਾਨੂੰ। ਅੱਛਾ ਜੀ, ਆਹ ਚਾਈਨੀਜ਼ ਟਾਇਰ ਨੇ ਜੀ ਇਹਨਾਂ। ਇਹ ਵੀਰ ਕਹਿ ਰਹੇ ਬਹੁਤ ਸਸਤੇ ਟਾਇਰ ਮਿਲਣਗੇ ਤੁਹਾਨੂੰ ਅਗਰ ਕਿਸੇ ਵੀਰ ਨੂੰ ਲੋੜ ਹੋਵੇ। ਤਾਂ ਅੱਗੇ ਤੁਸੀਂ ਦੇਖ ਰਹੇ ਹੋ ਜੀ ਆਹ ਡੀ ਆਈ ਦਾ ਸਾਰਾ ਸਿਸਟਮ ਜਿਹਾ ਪਿਆ, ਗੇਅਰ ਵਗੈਰਾ ਸੌਦਾ ਹੋ ਚੁੱਕਿਆ ਜੀ ਇਹ ਰਹਿੰਦਾ ਹੈਗਾ। ਅੱਛਾ ਇਹ ਆਈਸ਼ਰ ਟਰੈਕਟਰ ਦਾ ਹੈਗਾ ਜੀ, ਅੱਛਾ ਜੀ ਆਹ HMT ਦਾ। ਅੱਛਾ ਜੀ ਕਿਹੜੇ ਦਾ ਇਹ? 40 ਬਾਈ ਦਾ। ਅੱਛਾ 40 ਬਾਈ ਦਾ ਜੀ ਇਹ। ਇਹ 49 ਬਾਈ ਦਾ ਜੀ ਪੂਰਾ ਕੰਪਲੀਟ ਪਿਆ। ਕਿਤਨੇ ਕਾ ਪੜ ਜਾਂਦਾ? ਇਹ ਪੈ ਜਾਗੇ ਜੀ ਨਾਲ ਦੇ ਕੇ ਕੋਈ 25-28 ਹਜ਼ਾਰ ਦੇ ਵਿੱਚ। 25-28 ਹਜ਼ਾਰ ਦੇ ਵਿੱਚ ਮਿਲ ਜਾਵੇਗਾ ਜੀ ਇਹ। ਤਾਂ ਇਹ 65 ਬਾਈ ਆ ਜੀ, ਇਹ HMT 65 ਬਾਈ ਦਾ ਜੀ। ਅਰਜੁਨ 605 ਦਾ ਇੰਜਨ ਰਿਹਾ ਜੀ ਇਹ। ਇਹ ਆਈਸ਼ਰ 485 ਦਾ ਇੰਜਨ ਹੈ ਜੀ, ਦੋ ਸਿਲੰਡਰ ਹੈ। ਅੱਛਾ ਡੀ ਆਈ ਦੇ ਉਹ 744-12-13 ਮਾਡਲ ਹੈ ਜੀ, 585 ਵਾਲੇ ਇੰਜਨ ਹੈ। ਠੀਕ ਹੈ ਜੀ, ਤਾਂ ਇਹਨਾਂ ਵੀਰਾਂ ਕੋਲ ਸਾਰੇ ਟਰੈਕਟਰਾਂ ਦੇ ਇੰਜਨ ਵਗੈਰਾ ਹੈਗੇ ਨੇਗੇ ਜੀ ਇੱਥੇ ਅਵੇਲੇਬਲ। ਤਾਂ ਮਗਰਿਆਲ ਕਿਹੜੇ ਕਿਹੜੇ ਟਰੈਕਟਰਾਂ ਦੇ ਨੇ ਜੀ? ਇਹ 855 ਦੇ ਫਾਰਮ ਸਾੜ ਦੇ ਆ ਜੀ। ਅੱਛਾ ਜੀ, ਔਰ ਡੀ ਆਈ ਦੇ ਹੈ। ਅੱਛਾ ਜੀ, ਤਾਂ ਇੱਥੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਟਰੈਕਟਰਾਂ ਦੇ ਮਗਰਿਆਲ ਅਵੇਲੇਬਲ ਨੇ ਇਹਨਾਂ ਕੋਲ। ਸੋਨਾਲੀਕਾ ਡੀ ਆਈ, ਸਵਰਾਜ, ਮਹਿੰਦਰਾ 265 ਡੀ ਆਈ, ਅਤੇ RM ਨਵੇਂ ਨੇ ਜੀ। ਅੱਛਾ, ਜੌਂਡੀਅਰ ਦੇ ਅਤੇ ਡੀ ਆਈ ਦੇ ਟਰੈਕਟਰ, ਮਹਿੰਦਰਾ ਦੇ RIM ਨਵੇਂ ਪਏ ਨੇ ਜੀ। ਮਗਰਿਆਲ ਵਗੈਰਾ ਇਹਨਾਂ ਕੋਲ ਪੁਰਾਣੇ ਵੀ ਮਿਲ ਜਾਣਗੇ। ਤਾਂ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਜੀ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਅੱਛਾ, ਆਹ 36-30 ਦੀਆਂ ਸਾਈਡਾਂ ਨੇਗੀਆਂ ਜੀ, ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ। ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਜੋ ਤੁਹਾਨੂੰ ਅਸੀਂ ਹੋਰ ਦਿਖਾਉਂਦੇ ਹਾਂਗੇ। ਵੀਡੀਓ ਸੁਣਦੀ ਆਪਣੇ ਸੁਝਾਅ ਜ਼ਰੂਰ ਦਿਓ ਜੀ ਕਮੈਂਟ ਕਰਕੇ। ਤਾਂ ਗੇਅਰ ਲੀਵਰ ਵਗੈਰਾ ਸਾਰੇ ਟਰੈਕਟਰਾਂ ਦੇ ਅਵੇਲੇਬਲ ਨੇ ਇਹਨਾਂ ਕੋਲ। ਤਾਂ ਤੁਸੀਂ ਦੇਖ ਸਕਦੇ ਹੋ ਸਟੇਅਰਿੰਗ ਵਗੈਰਾ। ਆਹ ਸਟੇਅਰਿੰਗ ਕਿਹੜੇ ਟਰੈਕਟਰਾਂ ਦੇ ਨੇ ਜੀ? ਆਹ ਸਟੇਅਰਿੰਗ ਜੀ ਡੀ ਆਈ ਦੇ ਹੈਗੇ, ਮੈਸੀ ਦੇ ਹੈਗੇ, ਫੋਰਡ ਦੇ ਹੈਗੇ ਜੀ। ਠੀਕ ਹੈ, ਅਰਜੁਨ ਦੇ ਹੈਗੇ ਜੀ। ਅੱਛਾ, ਆਹ ਮਗਰਿਆਲ ਨੇਗੇ ਜੀ, ਆਈਸ਼ਰ ਟਰੈਕਟਰ ਦੇ ਆ ਸਾਰਾ ਕੁਛ ਪਿਆ ਇੱਥੇ ਜੀ। ਆਹ ਸੀਟਾਂ ਨੇ ਇਹਨਾਂ ਕੋਲ ਸਾਰਾ ਕੁਛ ਜੀ, ਸ਼ੋਅ ਦਾ ਵਗੈਰਾ, ਫਾਰਮ ਟਰੈਕ 45, ਹੋਲੈਂਡ ਤੁਸੀਂ ਦੇਖ ਸਕਦੇ ਹੋ ਸੀਟਾਂ ਵਗੈਰਾ ਸਾਰਾ ਕੁਛ ਇਹਨਾਂ ਕੋਲ ਅਵੇਲੇਬਲ ਹੈ ਜੀ। ਆਹ ਸ਼ੋਆਂ ਪਈਆਂ ਨੇ ਟਰੈਕਟਰ ਆਈਸ਼ਰ ਦੀਆਂ ਪਈਆਂ, ਆਈਸ਼ਰ ਦੇ ਮਗਰਿਆੜ ਪਏ ਆ। ਆਹ ਟੈਂਕੀਆਂ ਵਗੈਰਾ ਟਰੈਕਟਰ ਦੀਆਂ, ਸਟੇਅਰਿੰਗ ਡੀ ਆਈ ਦੇ ਨੇ ਜੀ ਆਹ। ਤਾਂ ਦੋਸਤੋ ਇਹ ਸੀ ਵੀਡੀਓ ਮਲੋਟ ਕਵਾੜ ਮਾਰਕੀਟ ਦੀ।
वीडियो किस तरह की लगी तुसी अपना कमेंट करके वीडियो के नीचे जरूर दसना ते नाल ही नाल कमेंट करके जरूर दस्यो कि तुसी होर किस तरह के वीडियोज़ देखना चाहते हो अपने इस चैनल पर। तो जिहड़े भी चैनल पर अपने ते नवे आए ने चैनल को सबसक्राइब कर लियो, वीडियो को वध तो वध शेयर जरूर करो जी। वीडियो देखने तुहाडे सारे वीरां दा बहुत बहुत धन्यवाद जी।